हाँ जी दोस्तों, की हाल है जी सारिया का। एक बार फिर तो स्वागत है जी थोड़ा साडे चैनल ग्लोबल तड़का लाइव से। दोस्तों थोड़ा ज़्यादा समा ना लेंदे हुए सीधा मुद्दे की गलते चलते हाँ। दोस्तों सानू पता है कि मोदी की चमची पायल रोहतगी किसानों के चल रहे संघर्ष में आतंकवाद का नाम दे रही है, तो इस दे चलदिया लगभग सारे पंजाबी सिंगर उसका इंजन कर चुके ने। सिद्धू मूसेवाला वालों भी पायल रोहतगी की बंबली बनाई गई सी, तो हुण पंजाबी सिंगर मनप्रीत मन्ने ने भी पायल का लाइव होकर इंजन कर दिता। मनप्रीत मन्ने ने गुस्से विच लाइव होके पायल दी रज के मंजी ठोकी। पायल रह तागी जी कहिंदी आ ना भी, इह कहिंदे अपने आप नूं भी हम किसान हैं, किसान हैगे आ ते माण आ सानू, को हुण सलिए तेरे सिर च मैं सिट के जावां मिट्टी दा तसला, विच ला के जावां चार हरियां मिर्चां दे बूटे, फिर पता लगू तैनू। नाले जिहड़े हिसाब दी तेरी शकल आ ना, तेरे अरगे दी जे मैं दब के पप्पी लै लां ना, मिर्गी दे दौरे पैण लग जाणगे तैनू, हजे भी संभल जा। ਕਹਿੰਦੀ ਆ ਨਾ ਰਹਿਤੂਗੀ ਜੀ ਵੀ ਕਿਸਾਨ ਆਹ ਦੇਖ ਲਾ, ਅਮਰੀਕਾ ਕਨੇਡਾ 'ਚ ਅਚਾਰ ਖਿਆ ਫਰੂਟ, ਪਰ ਸਾਲੇ ਦੀ ਤੇਰੇ ਵਰਗੀ ਉਹ ਲੈਣ ਜਾਂਦੀ ਹੁੰਦੀ ਆ, ਫਿਰ ਵੀ ਬਰੋਕਲੀ ਦੇ ਦਿਓ, ਡਾਇਟ ਕਰਨਾ ਥਾ ਮੁਝੇ, ਅਨਾਰ ਮਿਲੇਂਗੇ ਦੋ, ਖੂਨ ਕਾ ਘਾਟਾ ਹੋ ਗਿਆ ਹੈ ਮੇਰੀ ਸਿਹਤ ਮੇਂ, ਤੱਤਾ ਹਜੇ ਡਾਂਗ ਫਰਨੀ ਆ ਮੈਨੂੰ, ਮਾੜਾ ਜਿਹਾ ਹੋਲਣ ਦੇ ਤੱਤਾ, ਫਿਰ ਤਾਂ ਮੈਂ ਸ਼ੁਰੂ ਹੋਇਆ। कदे गलत इना बोले नी हैगे, हुण इंजन होऊगा सिरे ते बाबा जी, हुण तां गुरुआं बारे बोल दिया है माड़ा, हुण कई वीरां ए वी वीर कह रहे आ वी यार ਅਹੀ ਜੀ ਗੱਲ ਕਹਿਣੀ ਨਹੀਂ ਸੀ ਤੁਸੀਂ, ਵੀ ਜਿਵੇਂ ਆਪਾਂ ਕਹਿਤਾ ਆ, ਪਰ ਹੁਣ ਜੋ ਕਹਿਤਾ ਕਹਿਤਾ ਯਾਰ, ਉਹ ਚੀਜ਼ ਤੋਂ ਮੁੱਕਰਨਾ ਹੈ ਨਹੀਂ ਭਰਾਵੋ ਜੀ। ਹੁਣ ਗੁਰੂਆਂ ਬਾਰੇ ਬੋਲਣ ਲੱਗ ਪਈ, ਆਪਾਂ ਤਾਂ ਆਪਣੇ ਮਾਂ ਬਾਪ ਬਾਰੇ ਨਹੀਂ ਸੁਣ ਸਕਦੇ, ਹੁਣ ਗੁਰੂ ਸਾਹਿਬਾਨ ਤੋਂ ਉੱਤੇ ਤਾਂ ਆਪਣੇ ਲਈ ਕੋਈ ਚੀਜ਼ ਹੈ ਨਹੀਂ, ਹੁਣ ਇਹਦਾ ਇੰਜਣ ਹੁੰਦਾ ਦੇਖਿਓ ਮੇਰੇ ਇੰਸਟਾਗ੍ਰਾਮ 'ਤੇ ਹੋਣਾ ਕਿਵੇਂ ਆ। ਦੋਸਤੋ ਮਨਪ੍ਰੀਤ ਮੰਨੇ ਤੋਂ ਬਾਅਦ ਐਂਬਰ ਧਾਲੀਵਾਲ ਨੇ ਵੀ ਲਾਈਵ ਆ ਕੇ ਕਿਸਾਨਾਂ ਦੀ ਪੂਰੀ ਸਪੋਰਟ ਕੀਤੀ, ਅਤੇ ਨਾਲ ਨਾਲ ਉਸਨੇ ਮੋਦੀ ਖਿਲਾਫ਼ ਵੀ ਕਾਫ਼ੀ ਕੁਝ ਬੋਲਿਆ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਸਿੱਧੂ ਮੂਸੇਵਾਲੇ ਦੇ ਮਾਫੀਆ ਸਟਾਈਲ ਗਾਣੇ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਅਤੇ ਮਾਫੀਆ ਸਟਾਈਲ ਗਾਣੇ ਦੇ ਕੈਮਰਾਮੈਨ ਮਨਪ੍ਰੀਤ ਨੇ ਆਪਣੇ ਪੇਜ ਉੱਪਰ ਸਿੱਧੂ ਅਤੇ ਮਾਡਲ ਹਰਸ਼ਜੋਤ ਦੀਆਂ ਫੋਟੋਆਂ ਸ਼ੇਅਰ ਕਰਕੇ ਕੈਪਸ਼ਨ ਵਿੱਚ ਕਮਿੰਗ ਸੂਨ ਲਿਖਿਆ, ਜਿਸ ਦਾ ਮਤਲਬ ਹੈ ਕਿ ਸਾਨੂੰ ਮਾਫੀਆ ਸਟਾਈਲ ਗਾਣੇ ਦੀ ਵੀਡੀਓ ਜਲਦ ਹੀ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਤੁਹਾਨੂੰ ਵੀ ਸਿੱਧੂ ਦੇ ਗਾਣੇ ਦੀ ਵੇਟ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ। ਦੋਸਤੋ ਹੁਣ ਦੇਖੋ ਕਿਸ ਤਰ੍ਹਾਂ ਐਂਬਰ ਧਾਲੀਵਾਲ ਨੇ ਲਾਈਵ ਹੋ ਕੇ ਕਿਸਾਨਾਂ ਦੀ ਸਪੋਰਟ ਕੀਤੀ, ਅਤੇ ਇਸ ਮੁੱਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਵੋ। ਓਕੇ ਧੰਨਵਾਦ ਜੀ ਸਾਰਿਆਂ ਦਾ। ਦਲਜੀਤ ਦੁਸਾਂਝ ਵੀਰੇ ਬਾਰੇ ਕੀ ਖਿਆਲ? ਵੀਰਾ ਘੈਂਟਾ ਜੀ, ਬਹੁਤ ਸਾਰਾ ਕੀਤਾ ਹੋਇਆ ਕੰਮ, ਗੱਟਸ ਹੁੰ ਲਾਈਕ ਹੀ ਹੈਜ਼ ਗੱਟਸ ਟੂ ਯੂ ਨੋ ਸੇ ਦੈਟ ਟੂ ਸੰਬਡੀ ਹੂ ਹੀ ਕੁਡ ਪੋਟੈਂਸ਼ਲੀ ਹੈਡ ਵਰਕਡ ਵਿਦ ਦੈਟ ਸਟਫ ਅਬਾਊਟ ਮੋਦੀ, ਸੋ ਦੇ ਕਸਿੰਗ ਮੀ ਆਊਟ, ਸਕ੍ਰੂ ਯੂ ਟੂ, ਆਈ ਡੋਂਟ ਕੇਅਰ, ਮੋਦੀ ਇਜ਼ ਫ੍ਰੀਕਿੰਗ ਡੰਬ ਐਸ, ਸਾਰੇ ਕਿਸਾਨ ਬਾਰਡਰ 'ਤੇ ਮਰ ਰਹੇ ਆ ਐਂਡ ਉਹ ਬੈਠਾ ਆ ਲਾਈਕ ਹੀ ਡਜ਼ਨਟ ਗਿਵ ਅ ਫੱਕ। But anyways, I want to say ki jede help kar rahe hai kisana di, jede India hage hai, India ja ke protests te actually physically ja rahe hai, physically help kar rahe hai, bo vaddi gal hai, bo vaddi seva hai, kyunki this is literally gonna go down in history, you know, assi history bana rahe hai, duniya da sab to vadda protest hai, so that's a big deal. ਬਸ ਬਜ਼ੁਰਗਾਂ ਦੀ ਫਿਕਰ ਹੁੰਦੀ ਆ, ਯੂ ਨੋ, ਦੁੱਖ ਲੱਗਦਾ ਹੈ ਉਹਨਾਂ ਦੀਆਂ ਵੀਡੀਓਜ਼ ਦੇਖ ਕੇ, ਬਾਬਾ ਸੁੱਖ ਰੱਖੇ ਪਰ ਉਹਨਾਂ ਨੂੰ ਤੰਦਰੁਸਤੀ ਬਖਸ਼ਣ। ਐਂਬਰ ਤੁਸੀਂ ਫਰੈਸਨੋ ਰਹਿੰਦੇ ਹੋ? ਨੋ, ਮੈਂ ਫਰੈਸਨੋ ਨਹੀਂ ਰਹਿੰਦੀ, ਮੈਂ ਐਕਚੁਲੀ ਯੂਬਰ ਸਿਟੀ ਸੈਕਰਾਮੈਂਟੋ ਕੋਲ ਰਹਿੰਦੀ ਹਾਂ। ਮਾਈ ਟੈਟੂ, ਇਟ ਸੇਜ਼ ਅਗਾਪੇ, ਇਟਸ ਅ ਗ੍ਰੀਕ ਵਰਡ, ਇਟ ਮੀਨਸ
God's love is the highest and purest form of love.